ਸ਼ਿਕਾਲ ਮੈਂ ਸਿਮਰਨ ਫੈਕਟ ਨਿਊਜ਼ ਬਾਲੀਵੁੱਡ ਚਿੰਗਾਰ ਦੇ ਵਿੱਚ ਤੁਹਾਡੇ ਸਭ ਦਾ ਸਵਾਗਤ ਕਰਦੀ ਹੈ। ਦੋਸਤੋ ਗੱਲ ਕਰਾਂਗੇ ਟੌਪ 5 ਖਬਰਾਂ ਦੀ ਤਾਂ ਸਭ ਤੋਂ ਪਹਿਲਾ ਨਾਮ ਹੈ ਸਨੀ ਲਿਓਨੀ ਦਾ। ਸਨੀ ਲਿਓਨੀ ਜੋ ਕਿ ਆਪਣੇ ਹੌਟ ਅੰਦਾਜ਼ ਤੇ ਲੈ ਕੇ ਹਮੇਸ਼ਾ ਹੀ ਸੋਸ਼ਲ ਮੀਡੀਆ ਤੇ ਛਾਈ ਰਹਿੰਦੀ ਹਾਲ ਫਿਲਹਾਲ ਹੀ ਉਹ ਵਕੇਸ਼ਨ ਲਈ ਗਈ ਸੀ ਜਿੱਥੋਂ ਦੀਆਂ ਬਿਹਤ ਖੂਬਸੂਰਤ ਤਸਵੀਰਾਂ ਉਹਨਾਂ ਨੇ ਫੈਨਸ ਨਾਲ ਕੀਤੀਆਂ ਸਾਂਝੀਆਂ। ਸਨੀ ਲਿਓਨੀ ਹਮੇਸ਼ਾ ਹੀ ਆਪਣੀ ਹੌਟਨੈਸ ਕਾਰਨ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ੇ ਬਣੀ ਰਹਿੰਦੀ ਹੈ। ਐਕਟ੍ਰੈਸ ਜਦੋਂ ਵੀ ਆਪਣੀਆਂ ਤਸਵੀਰਾਂ ਪੋਸਟ ਕਰਦੀ ਹੈ ਅਕਸਰ ਹੀ ਉਸਦੇ ਫੈਨਸ ਆਪਣਾ ਦਿਲ ਹਾਰ ਪੈਂਦੇ ਨੇ ਉਹਨਾਂ ਦੀਆਂ ਤਸਵੀਰਾਂ ਦੇ। ਹਾਲ ਦੇ ਵਿੱਚ ਸਨੀ ਲਿਓਨੀ ਨੇ ਆਪਣੇ ਮਾਲਦੀਵਸ ਵਕੇਸ਼ਨ ਦੀਆਂ ਕੁਝ ਹੌਟ ਤਸਵੀਰਾਂ ਸਾਂਝਾ ਕੀਤੀਆਂ। ਇਹਨਾਂ ਤਸਵੀਰਾਂ ਵਿੱਚ ਐਕਟ੍ਰੈਸ ਨੇ ਇੱਕ ਵਾਰ ਫਿਰ ਆਪਣੇ ਕਿਲਰ ਅੰਦਾਜ਼ ਦੇ ਨਾਲ ਸਭ ਦਾ ਦਿਲ ਜਿੱਤਿਆ ਹੈ। ਐਕਟ੍ਰੈਸ ਸਨੀ ਲਿਓਨੀ ਅਕਸਰ ਆਪਣੀਆਂ ਪੋਲ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਪੋਸਟ ਕਰਦੀ ਰਹਿੰਦੀ ਹੈ। ਸਨੀ ਲਿਓਨੀ ਨੇ ਹਾਲ ਹੀ ਦੇ ਵਿੱਚ ਇੰਸਟਾਗ੍ਰਾਮ ਤੇ ਆਪਣੀ ਮਾਲਦੀਵਸ ਦੀ ਛੁੱਟੀਆਂ ਦੌਰਾਨ ਦੀਆਂ ਕੁਝ ਤਸਵੀਰਾਂ ਸਾਂਝਾ ਕੀਤੀਆਂ। ਐਕਟ੍ਰੈਸ ਇਸ ਦੌਰਾਨ ਹੌਟ ਬਿਕਨੀ ਪਹਿਨੀ ਦਿਖਾਈ ਦਿੱਤੀ। ਵੈਲ ਇਹ ਬਿਕਨੀ ਉਹਨਾਂ ਤੇ ਬੇਹੱਦ ਖੂਬਸੂਰਤ ਲੱਗ ਰਹੀ ਹੈ। ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਉਹਨਾਂ ਦਾ ਇਹ ਦਿਲਕਸ਼ ਅੰਦਾਜ਼। ਪੰਜਾਬੀ ਕਲਾਕਾਰ ਗੁਰਪ੍ਰੀਤ ਘੁੱਗੀ ਦੀ ਗੱਲ ਕਰੀਏ ਤਾਂ ਗੁਰਪ੍ਰੀਤ ਘੁੱਗੀ ਕਦੇ ਕਮੇਡੀ ਐਕਟਿੰਗ ਦੇ ਨਾਲ ਤੇ ਕਦੇ ਆਪਣੀ ਸੀਰੀਅਸ ਐਕਟਿੰਗ ਦੇ ਨਾਲ ਅਕਸਰ ਹੀ ਫੈਨਸ ਦਾ ਦਿਲ ਜਿੱਤ ਲੈਂਦੇ ਨੇ। ਸਿਲਵਰ ਸਕਰੀਨ ਦੇ ਉੱਤੇ ਹਾਲ ਫਿਲਹਾਲ ਹੀ ਉਹਨਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜੋ ਕਿ ਸੋਸ਼ਲ ਮੀਡੀਆ ਤੇ ਸਾਹਮਣੇ ਆਉਂਦੇ ਹੀ ਹੋ ਗਿਆ ਵਾਇਰਲ। ਇਸ ਵੀਡੀਓ ਦੇ ਵਿੱਚ ਉਹ ਬਾਕੀ ਅਦਾਕਾਰਾਂ ਦੇ ਨਾਲ ਮਹਿਫਲ ਸਜਾਉਂਦੇ ਦਿਖਾਈ ਦੇ ਰਹੇ ਨੇ ਸ਼ੂਟਿੰਗ ਸੈੱਟ ਦੇ ਉੱਤੇ। ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਨਿਮਰਤ ਰਿਸ਼ੀ, ਅਨੀਤਾ ਦੇਵਗਨ ਸਮੇਤ ਕਈ ਅਦਾਕਾਰਾਂ ਦਾ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਕਿਸੇ ਪੰਜਾਬੀ ਫਿਲਮ ਦੇ ਸੈੱਟ ਦੌਰਾਨ ਦਾ ਲੱਗ ਰਿਹਾ ਹੈ ਜਿੱਥੇ ਇਹ ਸਾਰੇ ਆਰਟਿਸਟ ਮਿਲ ਮਹਿਫਲ ਸਜਾਈ ਦਿਖਾਈ ਦੇ ਰਹੇ ਨੇ। ਵੈਲ ਸੈੱਟ ਦਾ ਅਜਿਹਾ ਮਾਹੌਲ ਦਰਸ਼ਕਾਂ ਨੂੰ ਕਾਫੀ ਅਟਰੈਕਟ ਕਰ ਰਿਹਾ ਹੈ। ਸੁਨਮਾ ਤੋਂ ਪਾਰ ਦੀ ਗੱਲ ਹੈ ਜਿਹੜੀ ਸਾਡੇ ਪਿਆਰ ਦੀ ਗੱਲ ਹੈ। ਜਿਸਮਾਂ ਤੋਂ ਪਾਰ ਦੀ ਗੱਲ ਹੈ ਜਿਹੜੀ ਸਾਡੇ ਪਿਆਰ ਦੀ ਗੱਲ ਹੈ। ਤੇਰੇ ਤੇ ਹੱਕ ਸਮਝਦੇ ਸੱਜਣਾ ਇਤਬਾਰ ਦੀ ਗੱਲ ਹੈ। ਤੇਰੇ ਤੇ ਹੱਕ ਸਮਝਦੇ ਸੱਜਣਾ ਇਤਬਾਰ ਦੀ ਗੱਲ ਹੈ। ਜਿਸਮਾਂ ਤੋਂ ਪਾਰ ਦੀ ਗੱਲ ਹੈ ਜਿਹੜੀ ਸਾਡੇ ਪਿਆਰ ਦੀ ਗੱਲ ਹੈ। ਪੰਜਾਬੀ ਇੰਡਸਟਰੀ ਦੇ ਫੇਮਸ ਅਦਾਕਾਰ ਹਰਬੀ ਸੰਘਾ ਦੀ ਗੱਲ ਕਰੀਏ ਤਾਂ ਹਰਬੀ ਸੰਘਾ ਅਕਸਰ ਹੀ ਆਪਣੇ ਕਾਮੇਡੀ ਅਵਤਾਰ ਦੇ ਵਿੱਚ ਦਿਖਾਈ ਦਿੰਦੇ ਨੇ। ਵੈਲ ਉਹਨਾਂ ਦਾ ਹਮੇਸ਼ਾ ਹੀ ਕਾਮੇਡੀ ਅਵਤਾਰ ਫੈਨਸ ਨੂੰ ਪਸੰਦ ਆਉਂਦਾ ਹੈ। ਹਾਲ ਫਿਲਹਾਲ ਹੀ ਉਹਨਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਗੀਤ ਗਾਉਂਦੇ ਦਿਖਾਈ ਦੇ ਰਹੇ ਨੇ। ਆਪਣੀ ਦਿਲਕਸ਼ ਆਵਾਜ਼ ਦੇ ਨਾਲ ਉਹਨਾਂ ਨੇ ਸਭ ਦਾ ਦਿਲ ਜਿੱਤ ਲਿਆ। ਇਹਨਾਂ ਅੱਖਰਾਂ ਚ ਅੱਥਰੂ ਭਰੋਏ ਨੇ ਤੇਰਾ ਅੱਖਰਾਂ ਇਹਨਾਂ ਅੱਖਰਾਂ ਉਹ ਤੇਰਾ ਅੱਖਰਾਂ ਚ ਮੂੰਹ ਵੇਖ ਕੇ ਭਰਿਆ ਕਰਾਂ ਕੇ ਦੱਸਣਾ ਤੇਰੀਆਂ ਬਰੰਗ ਚਿੱਠੀਆਂ ਦੱਸ ਫੜਿਆ ਕਰਾਂ ਕੇ ਹੁਣ ਨਾ ਭੁੱਲ ਜਾਣ ਵਾਲੀਏ ਆਪਣੇ ਊਟ ਪਟਾਂ ਕੱਪੜਿਆਂ ਨੂੰ ਲੈ ਕੇ ਅਕਸਰ ਹੀ ਲਾਈਮਲਾਈਟ ਦੇ ਵਿੱਚ ਰਹਿਣ ਵਾਲੀ ਉਰਫੀ ਜਾਵੇਦ ਦੀ ਗੱਲ ਕਰੀਏ ਤਾਂ ਇੱਕ ਵਾਰ ਫਿਰ ਤੋਂ ਉਰਫੀ ਜਾਵੇਦ ਨੇ ਇੱਕ ਅਜਿਹਾ ਅਨੋਖਾ ਸਟਾਈਲ ਦਿਖਾਇਆ ਹੈ ਜਿਸ ਨੂੰ ਵੇਖ ਕੇ ਇੱਕ ਵਾਰ ਫਿਰ ਤੋਂ ਫੈਨਸ ਹੈਰਾਨ ਰਹਿ ਗਏ। ਹਾਲ ਫਿਲਹਾਲ ਹੀ ਉਹਨਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਟੀ ਬੈਗ ਦੇ ਨਾਲ ਬਣੀ ਡਰੈਸ ਪਹਿਨੀ ਦਿਖਾਈ ਦਿੱਤੀ ਉਰਫੀ ਜਾਵੇਦ। ਵੈਲ ਉਹਨਾਂ ਦਾ ਇਹ ਕ੍ਰੀਏਟਿਵ ਕੰਮ ਦੇਖ ਫੈਨਸ ਵੀ ਉਹਨਾਂ ਦੀ ਤਾਰੀਫ ਕਰਨ ਤੇ ਹੋ ਗਏ ਮਜਬੂਰ। ਉਰਫੀ ਜਾਵੇਦ ਨੇ ਇੱਕ ਵਾਰ ਫਿਰ ਆਪਣਾ ਅਤਰੰਗੀ ਸਟਾਈਲ ਦਿਖਾਇਆ ਹੈ ਫੈਨਸ ਨੂੰ, ਸਭ ਨੂੰ ਹੈਰਾਨ ਕਰ ਦਿੱਤਾ ਆਪਣੇ ਇਸ ਅਵਤਾਰ ਦੇ ਨਾਲ। ਇਸ ਵਾਰ ਉਰਫੀ ਜਾਵੇਦ ਟੀ ਬੈਗ ਦੀ ਡਰੈਸ ਪਹਿਨੀ ਦਿਖਾਈ ਦੇ ਰਹੀ ਹੈ। ਵੈਲ ਉਹਨਾਂ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂਬ ਚਰਚਾ ਦਾ ਵਿਸ਼ੇ ਬਣਿਆ ਹੋਇਆ ਹੈ। ਹਾਲ ਫਿਲਹਾਲ ਹੀ ਉਹਨਾਂ ਨੇ ਆਪਣੇ ਇਹ ਵੀਡੀਓ ਆਪਣੇ ਇੰਸਟਾ ਅਕਾਊਂਟ ਤੋਂ ਸਾਂਝਾ ਕੀਤਾ ਜਿਸ ਦੇ ਉੱਤੇ ਹਰ ਕੋਈ ਆਪਣੇ ਆਪਣੇ ਰਿਐਕਸ਼ਨ ਦਿੰਦਾ ਦਿਖਾਈ ਦੇ ਰਿਹਾ ਹੈ।
ਪੰਜਾਬੀ ਐਕਟ੍ਰੈਸ ਐਂਡ ਸਿੰਗਰ ਸੁਨੰਦਾ ਸ਼ਰਮਾ ਦੀ ਗੱਲ ਕਰੀਏ ਤਾਂ ਸੁਨੰਦਾ ਸ਼ਰਮਾ ਦਾ ਹਾਲ ਹੀ ਦੇ ਵਿੱਚ ਗਾਣਾ ਰਿਲੀਜ਼ ਹੋਇਆ ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ ਉਹਨਾਂ ਦੇ ਫੈਨਸ ਵੱਲੋਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਸੁਨੰਦਾ ਸ਼ਰਮਾ ਅਕਸਰ ਹੀ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਆਏ ਦਿਨ ਹੀ ਆਪਣੀਆਂ ਫਨੀ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ਹਾਲ ਫਿਲਹਾਲ ਹੀ ਉਹਨਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਫਨੀ ਅੰਦਾਜ਼ ਦੇ ਵਿੱਚ ਦਿਖਾਈ ਦਿੱਤੀ ਸੁਨੰਦਾ ਸ਼ਰਮਾ ਮੇਰੇ ਬਾਰੇ ਮੈਂ ਜ਼ਿਆਦਾ ਮਤ ਸੋਚਾ ਕਰੋ ਮੈਂ ਦਿਲ ਮੇਂ ਨਹੀਂ ਆਤਾ मैं समझ में भी नहीं आता मैं आता ही नहीं घर वालों ने मना किया कहीं नहीं आना जाना बस टॉप 5 ਦੇ ਵਿੱਚ ਨਹੀਂ ਚੱਲ ਲਾਂਗੇ ਤੁਹਾਨੂੰ ਹੋਰ ਅਪਡੇਟਸ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ